ਤੇਹਾ ਹੁਕਮ ਕਮਾਏ ਕੱਲੇ ਆਵੇ ਨਾਨਕਾ ਸੱਦੇ ਉੱਠ ਜਾਈ ਦੇ ਮਹਾਂਵਾਕ ਦੇ ਅਨੁਸਾਰ ਪੰਜਾਬੀ ਗਾਇਕ ਗੀਤਾ ਜੈਲਦਾਰ ਜੀ ਦੇ ਮਾਤਾ ਜੀ ਦਾ ਦੇਹਾਂਤ ਹੋ ਗਿਆ। ਬਹੁਤ ਸਾਰੇ ਫੋਨ ਕਾਲਸ ਵੀ ਆ ਰਹੀਆਂ ਸੀ, ਬਹੁਤ ਸਾਰੇ ਲੋਕ ਇਹ ਜਾਣਨਾ ਚਾਹੁੰਦੇ ਸੀ ਕਿ ਮਾਤਾ ਜੀ ਦਾ ਦੇਹਾਂਤ ਕਿੱਦਾਂ ਹੋਇਆ। ਸਾਡੇ ਨਾਲ ਮੌਜੂਦ ਨੇ ਗੀਤਾ ਜੈਲਦਾਰ ਜੀ, ਆਪਾਂ ਗੱਲਬਾਤ ਕਰ ਲਵਾਂਗੇ। ਐਕਚੁਅਲੀ ਮਾਤਾ 17-18 ਦਿਨ ਤੋਂ ਕਾਫੀ ਬਿਮਾਰ ਸੀ, ਹੋਸਪਿਟਲ ਸੀ ਅਤੇ ਉਹਨੂੰ ਹਾਰਟ ਅਟੈਕ ਆਇਆ। ਤੇਹਾ ਹੁਕਮ ਕਮਾਏ ਕੱਲੇ ਆਵੇ ਨਾਨਕਾ ਸੱਦੇ ਉੱਠ ਜਾਈ ਦੇ ਮਹਾਂਵਾਕ ਦੇ ਅਨੁਸਾਰ ਪੰਜਾਬੀ ਗਾਇਕ ਗੀਤਾ ਜੈਲਦਾਰ ਜੀ ਦੇ ਮਾਤਾ ਜੀ ਦਾ ਦੇਹਾਂਤ ਹੋ ਗਿਆ। ਬਹੁਤ ਸਾਰੇ ਫੋਨ ਕਾਲਸ ਵੀ ਆ ਰਹੀਆਂ ਸੀ, ਬਹੁਤ ਸਾਰੇ ਲੋਕ ਇਹ ਜਾਣਨਾ ਚਾਹੁੰਦੇ ਸੀ ਕਿ ਮਾਤਾ ਜੀ ਦਾ ਦੇਹਾਂਤ ਕਿੱਦਾਂ ਹੋਇਆ। ਸਾਡੇ ਨਾਲ ਮੌਜੂਦ ਨੇ ਗੀਤਾ ਜੈਲਦਾਰ ਜੀ, ਆਪਾਂ ਗੱਲਬਾਤ ਕਰ ਲੈਂਦੇ ਹਾਂ। ਬਾਈ ਕੀ ਹੋਇਆ ਸੀ? ਐਕਚੁਅਲੀ ਮਾਤਾ 17-18 ਦਿਨ ਤੋਂ ਕਾਫੀ ਬਿਮਾਰ ਸੀ, ਹੋਸਪਿਟਲ ਸੀ ਅਤੇ ਉਹਨਾਂ ਨੂੰ ਹਾਰਟ ਅਟੈਕ ਆਇਆ ਐਂਡ ਬ੍ਰੇਨ ਅਟੈਕ, ਉਸ ਤੋਂ ਬਾਅਦ ਕਿਡਨੀ ਦੀ ਫੇਲੀਅਰ, ਸੋ ਮਲਟੀਪਲ ਰੀਜ਼ਨ ਹੋਣ ਕਰਕੇ ਉਹਨਾਂ ਨੂੰ ਸਰਵਾਈਵ ਨਹੀਂ ਕਰ ਸਕੇ। ਜਦੋਂ ਅਸੀਂ ਉਹਨਾਂ ਦੀ ਅੰਤਮ ਅਰਦਾਸ ਕਰੀ 14 ਤਰੀਕ ਨੂੰ ਜੀ, ਹਾਂ 14 ਫਰਵਰੀ ਨੂੰ। ਸਥਾਨ ਕਿਹੜਾ ਬਾਈ? ਸਾਡੇ ਪਿੰਡ ਗੜੀ ਮਾਨ ਸਿੰਘ, ਮੇਰੇ ਘਰ ਹੋਮ ਰੈਜੀਡੈਂਸ 'ਤੇ। ਹਾਂਜੀ ਹਾਂਜੀ। ਗੀਤਾ ਬਾਈ ਸੀ ਸਾਡੇ ਨਾਲ, ਤਾਂ ਜਿਹਨਾਂ ਦੱਸਿਆ ਕਿ ਥੋੜ੍ਹੀ ਜਿਹੀ ਸੰਖੇਪ ਬਿਮਾਰੀ ਤੋਂ ਬਾਅਦ ਜਿਹੜਾ ਉਹਨਾਂ ਦਾ ਜਿਹੜਾ ਦੇਹਾਂਤ ਹੋ ਗਿਆ ਅਤੇ 14 ਫਰਵਰੀ ਨੂੰ ਜਿਹੜਾ ਉਹਨਾਂ ਦੀ ਜਿਹੜੀ ਅੰਤਮ ਅਰਦਾਸ ਪਿੰਡ ਗੜੀ ਮਾਨ ਸਿੰਘ ਫਲੋਰ ਤਹਿਸੀਲ ਅਤੇ ਡਿਸਟ੍ਰਿਕਟ ਜਲੰਧਰ ਦੇ ਵਿਚਕਾਰ ਹੋਵੇਗੀ। ਜਿਹੜੇ ਉਹਨਾਂ ਨੂੰ ਪਿਆਰ ਕਰਨ ਵਾਲੇ, ਜਿਹੜੇ ਚਾਹੁਣ ਵਾਲੇ ਆ, ਉਹ ਉਹਨਾਂ ਨਾਲ ਦੁੱਖ ਦਾ ਪ੍ਰਗਟਾਵਾ ਕਰਨ ਲਈ ਪਿੰਡ ਗੜੀ ਮਾਨ ਸਿੰਘ 14 ਫਰਵਰੀ ਨੂੰ ਜਿਹੜਾ ਉਹ ਆ ਸਕਦੇ ਨੇ। ਅਤੇ ਇਸ ਦੁੱਖ ਦੀ ਘੜੀ ਦੇ ਵਿੱਚ ਡੇਲੀ ਪੋਸਟ ਪੰਜਾਬੀ, ਫਾਸਟ ਵੇ ਨਿਊਜ਼ ਗੀਤਾ ਜੈਲਦਾਰ ਜੀ ਨਾਲ ਗਹਿਰੇ ਦੁੱਖ ਦਾ ਪ੍ਰਗਟਾਵਾ ਕਰਦਾ ਹੈ। ਜੁੜੇ ਰਹੋ ਡੇਲੀ ਪੋਸਟ ਪੰਜਾਬੀ ਦੇ ਨਾਲ, ਕੈਮਰਾ ਪਰਸਨ ਗੁਰਪ੍ਰੀਤ ਬੰਗੜ ਦੇ ਨਾਲ, ਲਾਲ ਕਮਲ ਡੇਲੀ ਪੋਸਟ ਪੰਜਾਬੀ। ਤੇਹਾ ਹੁਕਮ ਕਮਾਏ ਕੱਲੇ ਆਵੇ ਨਾਨਕਾ ਸੱਦੇ ਉੱਠ ਜਾਈ ਦੇ ਮਹਾਂਵਾਕ ਦੇ ਅਨੁਸਾਰ ਪੰਜਾਬੀ ਗਾਇਕ ਗੀਤਾ ਜੈਲਦਾਰ ਜੀ ਦੇ ਮਾਤਾ ਜੀ ਦਾ ਦੇਹਾਂਤ ਹੋ ਗਿਆ। ਬਹੁਤ ਸਾਰੇ ਫੋਨ ਕਾਲਸ ਵੀ ਆ ਰਹੀਆਂ ਸੀ, ਬਹੁਤ ਸਾਰੇ ਲੋਕ ਇਹ ਜਾਣਨਾ ਚਾਹੁੰਦੇ ਸੀ ਕਿ ਮਾਤਾ ਜੀ ਦਾ ਦੇਹਾਂਤ ਕਿੱਦਾਂ ਹੋਇਆ। ਸਾਡੇ ਨਾਲ ਮੌਜੂਦ ਨੇ ਗੀਤਾ ਜੈਲਦਾਰ ਜੀ, ਆਪਾਂ ਗੱਲਬਾਤ ਕਰ ਲਵਾਂਗੇ। ਐਕਚੁਅਲੀ ਮਾਤਾ 17-18 ਦਿਨ ਤੋਂ ਕਾਫੀ ਬਿਮਾਰ ਸੀ, ਹੋਸਪਿਟਲ ਸੀ ਅਤੇ ਉਹਨੂੰ ਹਾਰਟ ਅਟੈਕ ਆਇਆ। ਤੇਹਾ ਹੁਕਮ ਕਮਾਏ ਕੱਲੇ ਆਵੇ ਨਾਨਕਾ ਸੱਦੇ ਉੱਠ ਜਾਈ ਦੇ ਮਹਾਂਵਾਕ ਦੇ ਅਨੁਸਾਰ ਪੰਜਾਬੀ ਗਾਇਕ ਗੀਤਾ ਜੈਲਦਾਰ ਜੀ ਦੇ ਮਾਤਾ ਜੀ ਦਾ ਦੇਹਾਂਤ ਹੋ ਗਿਆ। ਬਹੁਤ ਸਾਰੇ ਫੋਨ ਕਾਲਸ ਵੀ ਆ ਰਹੀਆਂ ਸੀ, ਬਹੁਤ ਸਾਰੇ ਲੋਕ ਇਹ ਜਾਣਨਾ ਚਾਹੁੰਦੇ ਸੀ ਕਿ ਮਾਤਾ ਜੀ ਦਾ ਦੇਹਾਂਤ ਕਿੱਦਾਂ ਹੋਇਆ। ਸਾਡੇ ਨਾਲ ਮੌਜੂਦ ਨੇ ਗੀਤਾ ਜੈਲਦਾਰ ਜੀ, ਆਪਾਂ ਗੱਲਬਾਤ ਕਰ ਲੈਂਦੇ ਹਾਂ। ਬਾਈ ਕੀ ਹੋਇਆ ਸੀ? ਐਕਚੁਅਲੀ ਮਾਤਾ 17-18 ਦਿਨ ਤੋਂ ਕਾਫੀ ਬਿਮਾਰ ਸੀ, ਹੋਸਪਿਟਲ ਸੀ ਅਤੇ ਉਹਨਾਂ ਨੂੰ ਹਾਰਟ ਅਟੈਕ ਆਇਆ ਐਂਡ ਬ੍ਰੇਨ ਅਟੈਕ, ਉਸ ਤੋਂ ਬਾਅਦ ਕਿਡਨੀ ਦੀ ਫੇਲੀਅਰ, ਸੋ ਮਲਟੀਪਲ ਰੀਜ਼ਨ ਹੋਣ ਕਰਕੇ ਉਹਨਾਂ ਨੂੰ ਸਰਵਾਈਵ ਨਹੀਂ ਕਰ ਸਕੇ। ਜਦੋਂ ਅਸੀਂ ਉਹਨਾਂ ਦੀ ਅੰਤਮ ਅਰਦਾਸ ਕਰੀ 14 ਤਰੀਕ ਨੂੰ ਜੀ, ਹਾਂ 14 ਫਰਵਰੀ ਨੂੰ। ਸਥਾਨ ਕਿਹੜਾ ਬਾਈ? ਸਾਡੇ ਪਿੰਡ ਗੜੀ ਮਾਨ ਸਿੰਘ, ਮੇਰੇ ਘਰ ਹੋਮ ਰੈਜੀਡੈਂਸ 'ਤੇ। ਹਾਂਜੀ ਹਾਂਜੀ। ਗੀਤਾ ਬਾਈ ਸੀ ਸਾਡੇ ਨਾਲ, ਤਾਂ ਜਿਹਨਾਂ ਦੱਸਿਆ ਕਿ ਥੋੜ੍ਹੀ ਜਿਹੀ ਸੰਖੇਪ ਬਿਮਾਰੀ ਤੋਂ ਬਾਅਦ ਜਿਹੜਾ ਉਹਨਾਂ ਦਾ ਜਿਹੜਾ ਦੇਹਾਂਤ ਹੋ ਗਿਆ ਅਤੇ 14 ਫਰਵਰੀ ਨੂੰ ਜਿਹੜਾ ਉਹਨਾਂ ਦੀ ਜਿਹੜੀ ਅੰਤਮ ਅਰਦਾਸ ਪਿੰਡ ਗੜੀ ਮਾਨ ਸਿੰਘ ਫਲੋਰ ਤਹਿਸੀਲ ਅਤੇ ਡਿਸਟ੍ਰਿਕਟ ਜਲੰਧਰ ਦੇ ਵਿਚਕਾਰ ਹੋਵੇਗੀ। ਜਿਹੜੇ ਉਹਨਾਂ ਨੂੰ ਪਿਆਰ ਕਰਨ ਵਾਲੇ, ਜਿਹੜੇ ਚਾਹੁਣ ਵਾਲੇ ਆ, ਉਹ ਉਹਨਾਂ ਨਾਲ ਦੁੱਖ ਦਾ ਪ੍ਰਗਟਾਵਾ ਕਰਨ ਲਈ ਪਿੰਡ ਗੜੀ ਮਾਨ ਸਿੰਘ 14 ਫਰਵਰੀ ਨੂੰ ਜਿਹੜਾ ਉਹ ਆ ਸਕਦੇ ਨੇ। ਅਤੇ ਇਸ ਦੁੱਖ ਦੀ ਘੜੀ ਦੇ ਵਿੱਚ ਡੇਲੀ ਪੋਸਟ ਪੰਜਾਬੀ, ਫਾਸਟ ਵੇ ਨਿਊਜ਼ ਗੀਤਾ ਜੈਲਦਾਰ ਜੀ ਨਾਲ ਗਹਿਰੇ ਦੁੱਖ ਦਾ ਪ੍ਰਗਟਾਵਾ ਕਰਦਾ ਹੈ। ਜੁੜੇ ਰਹੋ ਡੇਲੀ ਪੋਸਟ ਪੰਜਾਬੀ ਦੇ ਨਾਲ, ਕੈਮਰਾ ਪਰਸਨ ਗੁਰਪ੍ਰੀਤ ਬੰਗੜ ਦੇ ਨਾਲ, ਲਾਲ ਕਮਲ ਡੇਲੀ ਪੋਸਟ ਪੰਜਾਬੀ।